ਸਤਿ ਸ੍ਰੀ ਅਕਾਲ ਜੀ ਅੱਜ ਦੇ ਵੀਡੀਓ ਉਹਨਾਂ ਭੈਣ ਭਰਾਵਾਂ ਵਾਸਤੇ ਆ ਜਿਹੜੇ ਆਪਣੇ ਡੇਲੀ ਦੇ ਖਰਚੇ ਆਪਣੀਆਂ ਡੈਰੀਆਂ ਤੇ ਤੇ ਕਿਤਾਬ ਕਾਪੀਆਂ ਤੇ ਲਿਖਦੇ ਆ ਤੇ ਉਹਨਾਂ ਨੂੰ ਮੈਂ ਇੱਕ ਛੋਟੀ ਜੀ ਐਪ ਬਾਰੇ ਦੱਸੂਗਾ ਜੀ ਉਹ ਐਪ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲੈਣਗੇ ਤਾਂ ਉਹ ਜਿਹੜਾ ਉਹ ਡੇਲੀ ਦਾ ਖਰਚਾ ਕਰਦੇ ਆ ਉਹ ਸਾਰਾ ਨਾਲ ਦੀ ਨਾਲ ਵਿੱਚ ਉਹ ਸੇਵ ਹੋਈ ਜਾਂਦਾ ਤੇ ਕਈ ਵਾਰੀ ਆਪਣੇ ਪਿੰਡਾਂ ਦੇ ਵਿੱਚ ਸੇਰੀਆਂ ਦੇ ਆਪ ਹਸਾਬ ਕਿਤਾਬ ਕਾਪੀਆਂ ਤੇ ਲਿਖਦੇ ਆ ਜਾਂ ਜਿਹੜੇ ਵਪਾਰੀ ਹੁੰਦੇ ਆ ਉਹਨਾਂ ਦੇ ਉਹਨਾਂ ਦੇ ਜਿਹੜੇ ਵਰਕਰ ਕੰਮ ਕਰਦੇ ਆ ਉਹਨਾਂ ਦਾ ਵੀ ਉਹ ਹਸਾਬ ਕਿਤਾਬ ਕਾਪੀਆਂ ਦੇ ਉੱਤੇ ਲਿਖਦੇ ਆ ਜਿਹੜਾ ਕਈ ਵਾਰੀ ਉਹਦੇ ਵਿੱਚ ਭੁੱਲ ਭੁਲੇਖਾ ਵੀ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਰਹਿੰਦੇ ਆ ਤੇ ਮੈਂ ਤੁਹਾਨੂੰ ਇੱਕ ਐਵੇਂ ਦੀ ਐਪ ਬਾਰੇ ਦੱਸਣ ਹੁਣੇ ਦੱਸਦਾ ਜੇ ਤੁਸੀਂ ਉਹ ਐਪ ਡਾਊਨਲੋਡ ਕਰ ਲਓਗੇ ਕਿਉਂਕਿ ਫੋਨ ਤਾਂ ਅੱਜ ਕੱਲ ਹਰ ਕਿਸੇ ਬੰਦੇ ਦੇ ਜੇਬ ਦੇ ਵਿੱਚ ਹੁੰਦਾ ਜੇ ਤੁਸੀਂ ਉਹ ਐਪ ਡਾਊਨਲੋਡ ਕਰ ਲਓਗੇ ਤੁਸੀਂ ਦਿਨ ਦੇ ਵਿੱਚ ਕਿੰਨਾ ਕਮਾਇਆ ਕਿੰਨਾ ਖਰਚਿਆ ਕਿੰਨੇ ਤੁਸੀਂ ਕਿਹੜੇ ਬੰਦੇ ਨੂੰ ਪੈਸੇ ਦਿੱਤੇ ਕਿੰਨੇ ਤੁਸੀਂ ਕਿਹੜੇ ਬੰਦੇ ਤੋਂ ਪੈਸੇ ਲੈਣੇ ਆ ਸਾਰਾ ਹਿਸਾਬ ਕਿਤਾਬ ਤੁਹਾਡੇ ਫੋਨ ਦੇ ਵਿੱਚ ਹੋਊਗਾ ਜਿਹੜਾ ਹਿਸਾਬ ਕਿਤਾਬ ਤੁਸੀਂ ਆਪਦੇ ਫੋਨ ਦੇ ਵਿੱਚ ਪਾਉਂਗੇ ਜਿਹੜੇ ਤੁਸੀਂ ਲੈਣ ਦੇਣ ਅਗਲੇ ਤੋਂ ਪੈਸੇ ਲੈਣੇ ਆ ਉਹ ਅਗਲੇ ਨੂੰ ਮੈਸੇਜ ਜਾਵੜੂਗਾ ਜਿਹੜੇ ਅਗਲੇ ਨੂੰ ਤੁਸੀਂ ਦੇਣੇ ਆ ਉਹਦਾ ਮੈਸੇਜ ਵੀ ਅਗਲੇ ਕੋਲ ਜਾਵੜੂਗਾ ਜਦੋਂ ਤੁਸੀਂ ਆਪਦਾ ਹਿਸਾਬ ਕਿਤਾਬ ਨੱਕੀ ਕਰਦਿਆ ਕਰੋਗੇ ਇਹ ਐਪ ਬਾਰੇ ਮੈਂ ਹੁਣ ਤੁਹਾਨੂੰ ਦੱਸਦਾ ਤੁਸੀਂ ਇੱਧਰ ਨੈਕਸਟ 'ਚ ਵੇਖੋਗੇ ਵੀ ਕਿਹੜੀ ਐਪ ਤੇ ਇਹ ਐਪ ਬਹੁਤ ਹੀ ਕੰਮ ਦੀ ਹੈ ਤੇ ਜੇ ਵੀਡੀਓ ਹੁਣ ਮੈਂ ਤੁਹਾਨੂੰ ਦੱਸਦਾ ਇਧਰਲੇ ਸਾਈਡ ਤੋਂ ਦੇ ਫੋਨ ਦੀ ਡਿਸਪਲੇ ਤੇ ਦੇਖੋਗੇ ਇਹ ਦੋ ਐਪ ਇਹ ਐਂਡਰੋਇਡ ਦੇ ਵਿੱਚ ਵੀ ਐਂਡਰੋਇਡ ਫੋਨ ਹੁੰਦੇ ਆ ਉਹਨਾਂ ਵਿੱਚ ਵੀ ਇਹ ਇਹ ਮਿਲ ਜੂਗੀ ਤੁਹਾਨੂੰ ਇੱਕ ਐਪ ਦਾ ਨਾਮ ਖਾਤਾ ਬੁੱਕ ਇੱਕ ਦਾ ਇੱਕ ਐਪ ਦਾ ਨਾਮ ਆ ਓਕੇ ਖਾਤਾ ਇਹਨਾਂ ਦੋਨਾਂ ਐਪ ਦੇ ਵਿੱਚ ਤੁਸੀਂ ਦੋਨੇ ਐਪ ਦੇ ਵਿੱਚੋਂ ਜਿਹੜੀ ਤੁਹਾਨੂੰ ਜੀ ਕਰਦਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਦੋਨਾਂ ਦਾ ਇੱਕੋ ਹੀ ਕੰਮ ਆ ਤੇ ਹੁਣ ਤੁਸੀਂ ਆ ਸਾਈਡ ਤੇ ਦੇਖੋਗੇ ਐਪ ਡਾਊਨਲੋਡ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿਵੇਂ ਹਸਾਬਕਤਾਬ ਕਰਨਾ ਉਹ ਸਾਰੀ ਵੀਡੀਓ ਤੁਸੀਂ ਇੱਕ ਸਾਈਡ ਤੇ ਮੇਰੀ ਐਸੇ ਚੱਲਦੀ ਦੇਖੋਗੇ ਹਾਂ ਜਿੱਦਾਂ ਮੇਰੇ ਫੋਨ ਦੇ ਵਿੱਚ ਤੁਸੀਂ ਦੇਖ ਰਹੇ ਮੈਂ ਖਾਤਾ ਬੁੱਕ ਐਪ ਡਾਊਨਲੋਡ ਕੀਤੀ ਆ ਇਹ ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਓਕੇ ਕਰਨਾ ਹੈ ਇਹਦੇ ਵਿੱਚ ਤੁਸੀਂ ਮੈਂ ਹੁਣ ਰਜਿਸਟ੍ਰੇਸ਼ਨ ਕਰ ਲਿਆ ਤੁਸੀਂ ਆਪ ਦਾ ਫੋਨ ਨੰਬਰ ਪਾ ਕੇ ਆਪ ਦਾ ਰਜਿਸਟ੍ਰੇਸ਼ਨ ਕਰ ਲਿਓ ਉਸ ਤੋਂ ਬਾਅਦ ਜਿਹੜਾ ਪਲੱਸ ਦਾ ਨਿਸ਼ਾਨ ਜਿੱਦਾਂ ਆਪਾਂ ਕਿਸੇ ਨਾਲ ਹਸਾਬਕਤਾਬ ਰੱਖਣਾ ਹੈ ਇਹਦੇ ਤੇ ਓਕੇ ਕਰਨਾ ਹੈ ओके ਕਰਨ ਤੋਂ ਬਾਅਦ ਜਦੋਂ ਆਪਾਂ ਆਪਦੇ ਸੇਰੀ ਦੇ ਸਾਕਤਾਬ ਕਰਨਾ ਹੈ ਇਹਦੇ ਚ ਆਪਾਂ ਜੇ ਨੰਬਰ ਤੁਹਾਡੇ ਫੇਵ ਹੈ ਤਾਂ ਉਹਦੇ ਤੇ ਓਕੇ ਕਰ ਦੇ ਜਿਵੇਂ ਆ ਮੇਰੀ ਲਿਸਟ ਆ ਰਹੀ ਹੈ ਨੰਬਰਾਂ ਦੀ ਜੇ ਨਹੀਂ ਸੇਵ ਤੇ ਐਡ ਨਿਊ ਕਸਟਮਰ ਤੇ ਜਾ ਕੇ ਆਪਦੇ ਸੇਰੀ ਦਾ ਨਾਮ ਲਿਖਣਾ ਤੁਸੀਂ ਜਿਵੇਂ ਮੈਂ ਬਲਵਿੰਦਰ ਲਿਖ ਲੈਣਾ ਤੇ ਇਹਦੇ ਚ ਉਹਦਾ ਫੋਨ ਨੰਬਰ ਪਾ ਦੇਣਾ 98150 98150 ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਫਿਰ ਓਕੇ ਕਰ ਦੇਣਾ ਫਿਰ ਆਪਾਂ ਬਲਵਿੰਦਰ ਨੂੰ ਪੈਸੇ ਜਿਵੇਂ ਆਪਣੇ ਤੋਂ ਅੱਜ ਮੰਗਣ ਆਉਂਦਾ ਪੈਸੇ ਯੂ ਗਿਵ ਦੀ অপਸ਼ਨ ਤੇ ਜਾ ਕੇ ਜਾਵੇਂ ਉਹਨੇ ਆਪਣੇ ਤੋਂ 5000 ਰੁਪਏ ਮੰਗੇ ਆ ਠੀਕ 5000 ਕਾਦੇ ਵਾਸਤੇ ਮੰਗੇ ਆ ਵੀ ਉਹਨੇ ਵਿਆਹ ਤੇ ਜਾਣਾ ਜਾਂ ਲਿਖਤਾ ਆਪਾਂ ਵਿਆਹ ਤੇ ਜਾਣਾ ਇਹ ਸਾਰਾ ਹਸਾਬ ਕਿਤਾਬ ਅੱਜ ਦੀ ਡੇਢ ਸਾਰਾ ਕੁਝ ਜੇ ਕੋਈ ਬਿੱਲ ਬੁੱਲ ਹੋਰਾਂ ਪਰ ਉਹ ਵੀ ਆਪਾਂ ਅਟੈਚ ਕਰ ਸਕਦੇ ਆ ਇਹਨੂੰ ਸੇਵ ਕਰਤਾ ਇਹ ਹੋ ਗਿਆ ਸਾਰਾ ਹਸਾਬ ਵੀ ਉਹਨੂੰ SMS ਨਾਲ ਦੇ ਨਾਲ ਇੱਥੋਂ ਮੈਸੇਜ ਵੀ ਉਹਦੇ ਫੋਨ 'ਚ ਜਾ ਵੜਿਆ ਵੀ ਤੂੰ ਫਲਾਣੇ ਸਰਦਾਰ ਤੋਂ 5000 ਰੁਪਏ ਅੱਜ ਫੜ ਲਿਆ ਵੀ ਚਲਾ ਗਿਆ ਠੀਕ ਹੈ ਜੇ ਉਹ ਤੁਹਾਨੂੰ ਜਵੇਂ ਕਈ ਵਾਰੀ ਆਪਣੇ ਕੰਮ ਕਰਨ ਵਾਲੇ ਜਿਹੜੇ ਵਰਕਰ ਹੁੰਦੇ ਆ ਆਪਾਂ ਨੂੰ ਕਈ ਵਾਰੀ ਪੈਸੇ ਵਾਪਸ ਵੀ ਮੋੜ ਦਿੰਦੇ ਆ ਤੇ ਜੇ ਉਹ ਉਹਨੇ ਆਪਾਂ ਨੂੰ ਪੈਸੇ ਮੋੜੇ ਜਾਵੇਂ ਉਹਨੇ ਰੁਪਈਆ ਆਪਣੇ 2500 ਰੁਪਈਆ ਵਾਪਸ ਮੋੜਤਾ ਜਿਵੇਂ ਅੱਜ ਹੀ ਆਪਣੇ ਜਿਵੇਂ ਉਹ ਬੰਦੇ ਨੇ ਆਪਾਂ ਨੂੰ ਜਿਹੜਾ ਆਪਣਾ ਬਲਵਿੰਦਰ ਸੀ ਉਹਨੇ ਆਪਾਂ ਨੂੰ ਇੱਕ ਦੋ ਚਾਰਾਂ ਦਿਨਾਂ ਤੱਕ 2500 ਰੁਪਈਆ ਜਮ੍ਹਾਂ ਕਰਵਾਤਾ ਫਿਰ ਆਪਾਂ 2500 ਰੁਪਈਆ ਦੇ ਤੇ ਜਮ੍ਹਾਂ ਚੁੱਕ ਕੇ ਕਰ ਦਾਂਗੇ ਉਹਦੇ ਸਾਰਾ ਖਤਾਬ ਦੇ ਵਿੱਚ ਆ ਦੇਖੋ ਵੀ ਉਹਨੇ 5000 ਲਿਆ ਸੀ 2500 ਜਮ੍ਹਾਂ ਕਰਤਾ 2500 ਰੁਪਏ ਪਿੱਛੇ ਬੈਲੈਂਸ ਦਿਖਾ ਰਿਆ ਤੁਸੀਂ ਦੇਖ ਰਹੇ ਹੋ ਐਵੇਂ ਕਰਕੇ ਜੇ ਉਹਨੇ ਫਿਰ ਆਪਣੇ ਤੋਂ ਕੋਈ 1000 ਰੁਪਏ ਫੜ ਲਿਆ ਜਾਵੇ ਵੀ ਕਿਸੇ ਇੱਥੇ ਸਮਾਨ-ਸਮਾਨ ਲਿਆ ਜਾਵੇ ਆਪਾਂ ਉਹ ਲਿਖ ਦੇਣਾ ਆਪਾਂ ਫਿਰ ਸੇਵ ਕਰਤਾ ਐਂ ਕਰਕੇ ਸਾਰਾ ਸਾਲ ਦਾ ਖਾਬ ਤੁਸੀਂ ਜਿੰਨੇ ਮਰਜ਼ੀ ਬੰਦੇ ਦੇ ਵਿੱਚ ਜੋੜ ਲਓ ਨਾਲ ਤੁਹਾਨੂੰ ਖਾਬ ਖਤਾਬ ਦਾ ਪਤਾ ਲੱਗਦਾ ਰਹੂਗਾ ਤੁਹਾਡੇ ਫੋਨ ਦੇ ਵਿੱਚ ਮੈਸੇਜ ਆਊਗਾ ਵੀ ਐਪ ਹੀ ਹੋ ਜਾਊਗੀ ਜਿਹੜਾ ਤੁਹਾਡੇ ਨਾਲ ਵਿਹਾਰ ਰੱਖੂਗਾ ਜਿਵੇਂ ਕੋਈ ਪੈਸੇ ਲੈ ਕੇ ਜਾਂਦਾ ਵਿਆਜੀ ਵਾਲਾ ਹਿਸਾਬ ਵੀ ਉਹ ਵੀ ਇਹਦੇ ਵਿੱਚ ਚੱਲਦਾ ਉਹਨੂੰ ਵੀ ਮੈਸੇਜ ਜਾਂਦਾ ਰਹੂਗਾ ਵੀ ਤੂੰ ਫਲਾਣੇ ਬੰਦੇ ਤੋਂ ਇੰਨੇ ਰੁਪਏ ਲਏ ਐ ਤੇ ਇੰਨੇ ਤੂੰ ਉਹਨੂੰ ਦੇਤੇ ਇੰਨੇ ਲੈ ਲਏ ਇੰਨੇ ਤੂੰ ਦੇਤੇ ਸਾਰੇ ਹਿਸਾਬ ਕਿਤਾਬ ਤੁਸੀਂ ਆਪ ਦੇ ਫੋਨ ਤੋਂ ਹੀ ਕਰ ਸਕਦੇ ਹੋ ਜੇ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਭਰਾ ਬਣ ਕੇ ਜ਼ਰੂਰ ਕਰ ਦਿਓ ਥੈਂਕ ਯੂ ਜੀ